ਅਸਲਾਮ ਵਾਲੇਕਮ ਜੀ, ਕੀ ਹਾਲ ਚਾਲ ਆ ਸਾਰੇ ਦੋਸਤਾਂ ਦਾ? ਉਮੀਦ ਹੈ ਸਾਰੇ ਠੀਕ ਹੋਣਗੇ ਜਨਾਬ। ਅੱਜ ਈਦ ਦਾ ਦੂਸਰਾ ਰੋਜ਼ ਹੈ ਅਤੇ ਦੋਸਤ ਆਏ ਨੇ ਮਿਲਣ ਵਾਸਤੇ। ਸਪੈਸ਼ਲ ਜਨਾਬ ਈਦ ਇਕੱਠੀ ਕਰ ਰਹੇ ਹੈ। ਸਾਡੇ ਨਾਲ ਜਨਾਬ ਕਲੀਮ ਸਾਹਿਬ ਨੇ ਸ਼ੱਕਰਗੜ੍ਹ ਤੋਂ, ਇਹ ਆਪਣਾ ਆਜ਼ਾਦ ਸਾਹਿਬ ਨੇ ਸਾਡੇ ਨਾਲ ਕੰਮ ਕਰਦੇ ਨੇ, ਬਾਕੀ ਹੈ ਭਾਈ ਹੋਣੀ ਆਜ਼ਾਦ ਵੀ ਦੇ ਸਾਰੇ ਕੰਮ ਕਰਦੇ ਨੇ, ਇਹ ਭਾਈ ਹੋਣੀ ਇਲੈਕਟ੍ਰੀਸ਼ਨ ਦਾ ਕੰਮ ਕਰਦੇ ਨੇ, ਉਹ ਭਾਈ ਹੋਣੀ ਵੀ ਬਲਾਕਾਂ ਦਾ ਕੰਮ ਕਰਦੇ ਨੇ, ਇਹ ਭਾਈ ਉਹਨੂੰ ਇਲੈਕਟ੍ਰੀਸ਼ਨ ਦਾ ਕੰਮ ਕਰਦੇ ਨੇ, ਇਹ ਭਾਈ ਉਹਨਾਂ ਦਾ ਆਪਣਾ ਮਕਸਲਾ। ਇਹਨਾਂ ਦੇ ਸਪੈਸ਼ਲ ਵੀਡੀਓ ਬਣਾਈ ਹੈ ਕਿ ਤੁਸੀਂ ਸ਼ਾਇਦ ਦੇਖੀ ਹੋਏ ਮਕਸਲੇ ਦੇ ਬਾਰੇ ਕੰਮ ਸ਼ਾਮ, ਅਗਰ ਤੁਸੀਂ ਕੋਈ ਪੁੱਛਣਾ ਕਿਛਣਾ ਇਹ ਭਾਈ ਉਹਨਾਂ ਕੋਲ ਪੁੱਛ ਸਕਦੇ ਹੋ। ਅਤੇ ਇਹਨਾਂ ਨੇ ਕੋਈ ਨਜ਼ਮ ਤਿਆਰ ਕੀਤੀ ਹੈ ਕੋਈ ਪ੍ਰਦੇਸ਼ ਦੇ ਬਾਰੇ 'ਚ, ਇਨਸ਼ਾਅੱਲਾ ਜਿਹੜਾ ਇਹਨਾਂ ਕੋਲ ਸੁਣਨੇ ਆ ਅਤੇ ਬੜੀ ਚਸ ਆਏਗੀ। ਵੀਡੀਓ ਨੂੰ ਸਕਿੱਪ ਨਾ ਕਰਿਓ, ਪੂਰੀ ਦੇਖਿਓ। ਹਾਂਜੀ ਇਮਰਾਨ ਸਾਹਿਬ ਦੱਸੋ ਜੀ। ਜੀ ਜਨਾਬ, ਕੀ ਹਾਲ ਜੀ? ਠੀਕ ਹੋ? ਸਭ ਦੋਸਤਾਂ ਨੂੰ ਈਦ ਮੁਬਾਰਕ। ਨਾਲ ਨਦਮ ਕੁਛ ਇਸ ਤਰ੍ਹਾਂ ਕਿ ਦੋ ਸ਼ੇਰ ਨੇ ਦੋਸਤਾਂ ਦੇ ਨਦਰ ਈਦ ਦੇ ਵਾਲੇ ਨਾਲ। ਵਿੱਚ ਪ੍ਰਦੇਸਾਂ ਕਾਹਦੀ ਈਦ, ਵਿੱਚ ਪ੍ਰਦੇਸਾਂ ਕਾਹਦੀ ਈਦ, ਸੌਂ ਸੌਂ ਕੇ ਗੁਜ਼ਰਦੀ ਵਿੱਚ ਕਮਰਿਆਂ ਦੀ ਈਦ, ਵਿੱਚ ਪ੍ਰਦੇਸਾਂ ਕਾਹਦੀ ਈਦ। ਕਰ ਕਰ ਮਿਹਨਤਾਂ ਕਮਾਈਏ ਪੈਸੇ, ਕਰ ਕਰ ਮਿਹਨਤਾਂ ਕਮਾਈਏ ਪੈਸੇ, ਮਹੀਨੇ ਬਾਅਦ ਲੈ ਜਾਵਣ ਕਫੀਲ, ਵਿੱਚ ਪ੍ਰਦੇਸਾਂ ਕਾਹਦੀ। ਪੂਰਾ ਖੁਲਾਸਾ ਜਨਾਬ ਜਿਹੜਾ ਨਦਮ ਤੁਹਾਨੂੰ ਦੱਸੀ ਹੈ ਨਾ, ਪੂਰਾ ਖੁਲਾਸਾ ਜਨਾਬ ਇੱਥੇ ਕੋਈ ਚੱਕਰ ਨੀ। ਇੱਥੇ ਈਦ ਹੁੰਦੀ ਹੈ ਆਪਣੇ ਬੀਵੀ ਬੱਚਿਆਂ ਦੇ, ਉਹ ਪਰਦੇਸੀ ਦੀ ਬੰਦੇ ਦੀ ਈਦ ਹੈ ਨਾ ਜਿਹੜੀ, ਜਦੋਂ ਬੰਦਾ ਛੁੱਟੀ ਜਾਂਦਾ ਨਾ ਉਧਰ ਉਹਦੀ ਈਦ ਹੁੰਦੀ ਹੈ। ਉਸ ਤੋਂ ਇਲਾਵਾ ਇੱਥੇ ਜਿੰਨੀ ਦੇਰ ਵੀ ਨਾ ਉਹਨੂੰ ਈਦ ਦਾ ਪਤਾ, ਨਾ ਸ਼ਿਵਰਾਜ ਦਾ ਪਤਾ, ਨਾ ਜਿਹੜਾ ਕੋਈ ਜਿੰਨੇ ਵੀ ਤਿਉਹਾਰ ਨੇ, ਉਹਨੇ ਸਿਰਫ ਪਤਾ ਯਾਰ ਦਿਹਾੜੀ ਲਾਉਣੀ ਹੈ ਤਾਂ ਖਾਣਾ ਬਸ। ਹਾਂਜੀ ਗੱਲ ਹੈ ਜੀ, ਬਿਲਕੁਲ ਸਹੀ ਗੱਲ। ਬਸ ਈਦ ਇੱਥੇ ਯਾਰਾਂ ਦੋਸਤਾਂ ਨਾਲ ਹੀ ਭਾਈ ਟਾਈਮ ਪਾਸ ਕਰਦੇ, ਦੋਸਤਾਂ ਨਾਲ ਈਦ ਇੱਥੇ, ਤੇ ਹੋਰ ਕੋਈ ਹਾਲਾਤ ਨਹੀਂ ਇੱਥੇ, ਖਾਣਾ ਪੀਣਾ ਸੋਣਾ ਇਹ ਗੱਪ ਸ਼ੱਪ ਮਾਰ ਲਈ, ਯਾਰ ਦੋਸਤ ਆ ਗਏ ਥੋੜਾ ਟਾਈਮ ਪਾਸ ਹੋ ਜਾਂਦਾ, ਨਹੀਂ ਤਾਂ ਚਾਰ ਪੰਜ ਛੁੱਟੀਆਂ ਕਿੱਥੇ ਗੁਜ਼ਰਦੀਆਂ। ਬਿਲਕੁਲ ਬਿਲਕੁਲ, ਸੋਣਾ ਤੇ ਖਾਣਾ ਪੀਣਾ ਫਿਰ ਸੋਣਾ, ਹੋਰ ਕੋਈ ਕੰਮ ਨਹੀਂ ਹੈ। ਬਾਕੀ ਠੀਕ ਹੈ ਭਾਈ, ਇੰਜੋਏ ਕਰ ਰਹੇ ਹਾਂ ਅਤੇ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਨੇ ਟਾਈਮ ਦਿੱਤਾ ਸਾਨੂੰ, ਅਤੇ ਇਨਸ਼ਾਅੱਲਾ ਬਹੁਤ ਜ਼ਿਆਦਾ ਸਪੋਰਟ ਕਰਿਓ, ਵੀਡੀਓ ਪੂਰੀ ਦੇਖੋ, ਇਹਨੂੰ ਸ਼ੇਅਰ ਕਰੋ ਜ਼ਿਆਦਾ ਜ਼ਿਆਦਾ। ਸ਼ੁਕਰੀਆ।